ਮੈਂ ਅੱਜ ਯੂਜ਼ ਕਰਨ ਜਾ ਰਹੀ ਹਾਂ ਫਾਲਸ ਨੇਲਸ, ਸੋ ਉਹਦੇ ਲਈ ਮੈਂ ਆਹ ਨੇਲਸ ਲਏ ਆ ਜੋ ਕਿ ਮੈਨੂੰ ਮਿਲੇ ਆ ਸਿਰਫ 100 ਰੁਪੀਜ਼ ਦੇ। ਸੋ ਇਹ ਯੂਜ਼ ਹੋਣਾ ਕਰਾਂਗੇ ਅਤੇ ਉਸ ਤੋਂ ਬਾਅਦ ਆਪਾਂ ਇੱਕ ਨੇਲ ਗਲੂ ਯੂਜ਼ ਕਰਾਂਗੇ ਅਤੇ ਇੱਕ ਬਫਰ ਚਾਹੀਦਾ ਸਾਨੂੰ ਜਾਂ ਨੇਲ ਫਾਈਲਰ ਜੋ ਵੀ ਤੁਸੀਂ ਕਹਿ ਸਕਦੇ ਹੋ ਉਹ ਚਾਹੀਦਾ ਆ। ਸੋ ਚਲੋ ਆਪਾਂ ਯੂਜ਼ ਕਰਦੇ ਹਾਂ ਇਹਨੂੰ ਅਤੇ ਕਿੱਦਾਂ ਕਿੱਦਾਂ ਸਟੈਪ ਵਾਈਜ਼ ਯੂਜ਼ ਕਰਦੇ ਮੈਂ ਤੁਹਾਨੂੰ ਨਾਲ ਨਾਲ ਦੱਸਦੀ। ਸੋ ਫਸਟ ਸਟੈਪ ਆਪਾਂ ਕੀ ਕਰਨਾ ਹੈ ਕਿ ਆਪਾਂ ਜਿਹੜੀ ਨੇਲਸ ਲਏ ਆ ਹੁਣ ਇਹਨਾਂ ਦੀ ਆਪਾਂ ਸ਼ੇਪ ਚੈੱਕ ਕਰਾਂਗੇ ਅਕੋਰਡਿੰਗ ਟੂ ਆਰ ਨੇਲਸ, ਠੀਕ ਹੈ। ਸੋ ਮੈਂ ਪਹਿਲਾਂ ਥੰਮ ਤੋਂ ਸਟਾਰਟ ਕਰਦੀ ਹਾਂ। ਸੋ ਮੈਨੂੰ ਲੱਗਦਾ ਮੇਰੇ ਥੰਮ 'ਤੇ ਇਹ ਵਾਲਾ ਨੇਲ ਸ਼ਾਇਦ ਸੈੱਟ ਆ ਜਾਏ। ਤੁਸੀਂ ਪ੍ਰੋਪਰ ਸਾਈਜ਼ ਚੈੱਕ ਕਰਨਾ, ਆਈ ਥਿੰਕ ਮੇਰੇ ਹਿਸਾਬ ਨਾਲ ਆ ਸਹੀ ਹੈ ਪੂਰਾ ਸਾਈਜ਼। ਜੇ ਮੈਂ ਇਹਨੂੰ ਪ੍ਰੈਸ ਕਰਕੇ ਲਗਾਊਂਗੀ ਤਾਂ ਪ੍ਰੋਪਰ ਆਏਗਾ, ਜੇ ਮੈਂ ਆਹ ਵਾਲਾ ਯੂਜ਼ ਕਰੂੰਗੀ ਤਾਂ ਇਹ ਥੋੜ੍ਹਾ ਜਿਹਾ ਬਿੱਗ ਸਾਈਜ਼ ਦੇ ਵਿੱਚ ਆਏਗਾ, ਜਿਵੇਂ ਕਿ ਆਹ ਵੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੋਂ ਬਾਹਰ ਜਾ ਰਿਹਾ। ਸੋ ਮੈਂ ਆਹ ਵਾਲਾ ਹੀ ਥੰਮ ਦੇ ਲਈ ਰੱਖੂੰਗੀ। ਯਾ ਓਕੇ, ਇੱਦਾਂ ਹੀ ਆਪਾਂ ਸਾਰੇ ਫਿੰਗਰਸ ਦੇ ਲਈ ਪ੍ਰੋਪਰ ਆਪਾਂ ਸਾਈਜ਼ ਲੱਭ ਕੇ ਕਰ ਸਕਦੇ ਹਾਂ। ਕਿੱਧਰ ਗਿਆ ਆ ਰਿਹਾ, ਓਕੇ। ਸੋ ਹੁਣ ਆਪਾਂ ਇਹਨਾਂ ਨੂੰ ਵੀ ਦੇਖ ਲੈਂਦੇ ਹਾਂ ਕਿਹੜੀ ਉਂਗਲੀ 'ਤੇ ਸਹੀ ਤਾਂ ਇਸ ਲਈ ਥੋੜ੍ਹਾ ਵੱਡਾ ਹੈ। ਯਾ ਇੱਥੇ ਪਰਫੈਕਟ ਹੈ, ਓਕੇ। ਸੋ ਇੱਦਾਂ ਹੀ ਆਪਾਂ ਇੱਕ ਇੱਕ ਕਰਕੇ ਹਰੇਕ ਨੇਲ ਦਾ ਸਾਈਜ਼ ਮੈਚ ਕਰਕੇ ਆਪਾਂ ਉਹਨਾਂ ਨੂੰ ਪਹਿਲਾਂ ਅਲੱਗ ਕਰਕੇ ਰੱਖ ਲਵਾਂਗੇ। ਓਕੇ, ਸੋ ਹੁਣ ਮੈਂ ਆਹ ਜਿਹੜੇ ਮੇਰੇ ਨੇਲਸ ਦੇ ਸਾਈਜ਼ ਸੀ ਪਰਫੈਕਟਲੀ ਪੂਰੇ ਇੱਕ ਹੱਥ ਦੇ ਉਹ ਮੈਂ ਸਾਈਡ 'ਤੇ ਕਰ ਲਏ ਆ। ਸੋ ਹੁਣ ਆਪਾਂ ਕਰਨਾ ਕੀ ਹੈ ਕਿ ਆਪਾਂ ਇੱਕ ਬਫਰ ਲੈਣਾ ਹੈ ਜਾਂ ਨੇਲ ਫਾਈਲਰ ਜਾਂ ਬਫਰ ਜੋ ਵੀ ਤੁਸੀਂ ਕਹੋ ਉਹ ਲੈਣਾ ਹੈ, ਠੀਕ ਹੈ। ਸੋ ਇਹਦੇ ਪਿੱਛੇ ਆਹ ਕਿਊਟੀਕਲਸ ਦੀ ਟਿਪਸ ਪਿੱਛੇ ਕਰਨ ਵਾਲਾ ਵੀ ਹੈ, ਸੋ ਉਹਦੇ ਨਾਲ ਆਪਾਂ ਇੱਦਾਂ ਟਿਪਸ ਨੂੰ ਥੋੜ੍ਹਾ ਥੋੜ੍ਹਾ ਸੈੱਟ ਕਰ ਲੈਣਾ। ਇਹ ਜ਼ਰੂਰੀ ਨਹੀਂ ਹੈ ਤੁਸੀਂ ਇਹ ਕਰਨਾ ਕਿ ਨਹੀਂ, ਇਹ ਤੋਂ ਬਿਨਾਂ ਵੀ ਤੁਸੀਂ ਸਿੱਧਾ ਅਪਲਾਈ ਵੀ ਕਰ ਸਕਦੇ ਹੋ, ਜੇ ਕਰ ਲਉਂਗੇ ਤਾਂ ਪਰਫੈਕਟ ਹੈ, ਓਕੇ। ਸੋ ਹੁਣ ਮੈਂ ਕਿਊਟੀਕਲਸ ਦੇ ਜਿਹੜੇ ਆ ਪਿੱਛੇ ਵਾਲੇ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਕਰ ਲਿਆ, ਓਕੇ। ਸੋ ਹੁਣ ਤੁਹਾਡੇ ਨੇਲਸ ਆ ਜਿਹੜੇ ਬਿਲਕੁਲ ਕਲੀਅਰ ਹੋਣੇ ਚਾਹੀਦੇ ਆ ਅਤੇ ਇਹਨਾਂ ਦੇ ਕੋਈ ਵੀ ਨੇਲ ਪੇਂਟ ਜਾਂ ਕੁਛ ਵੀ ਨਹੀਂ ਲੱਗਾ ਹੋਣਾ ਚਾਹੀਦਾ। ਸੋ ਤੁਹਾਨੂੰ ਪ੍ਰੋਪਰ ਕਲੀਨ ਚਾਹੀਦੇ ਆ ਨੇਲਸ। ਉਸ ਤੋਂ ਬਾਅਦ ਤੁਸੀਂ ਆਪਣੇ ਨੇਲਸ ਨੂੰ ਹਲਕਾ ਹਲਕਾ ਬਫ ਕਰ ਲਓ, ਇੱਦਾਂ ਕਰਕੇ ਤੁਸੀਂ ਥੋੜ੍ਹੇ ਥੋੜ੍ਹੇ ਨੇਲ ਇੱਦਾਂ ਕਰ ਲੈਣੇ ਆ ਫਾਈਲਰ ਦੇ ਨਾਲ ਬਫਰ ਦੇ ਨਾਲ ਜਿੰਨਾ ਵੀ ਤੁਹਾਡਾ ਦਿਲ ਚਾਹੇ, ਓਕੇ। ਸੋ ਤੁਸੀਂ ਦੇਖ ਸਕਦੇ ਹੋ ਮੈਂ ਹਲਕੇ, ਓਕੇ। ਸੋ ਇਹ ਚੀਜ਼ ਹੁਣ ਡਨ ਹੈ। ਹੁਣ ਇਸ ਤੋਂ ਬਾਅਦ ਆਪਾਂ ਨੇਲ ਗਲੂ ਲਵਾਂਗੇ। ਉਸ ਤੋਂ ਬਾਅਦ ਆਈ ਖੁੱਲ ਨਹੀਂ ਰਿਹਾ, ਹੁਣ ਖੁੱਲ ਗਿਆ, ਥੋੜ੍ਹਾ ਜਿਹਾ ਯੂਜ਼ ਹੋਇਆ ਹੈ ਨਾ ਇਸ ਕਰਕੇ ਫਿਰ ਇੱਦਾਂ ਇਹ ਨਿਕਲ ਕੇ ਲੱਗ ਜਾਂਦਾ, ਓਕੇ। ਸੋ ਹੁਣ ਆਪਾਂ ਨੇਲ ਗਲੂ ਲਵਾਂਗੇ। ਲੈਣ ਤੋਂ ਬਾਅਦ ਇਸਨੂੰ ਮੈਂ ਤਾਂ ਡਾਇਰੈਕਟ ਨੇਲ 'ਤੇ ਅਪਲਾਈ ਕਰ ਲੈਂਦੀ ਹੁੰਦੀ ਹਾਂ, ਸੋ ਇਸ ਕਰਕੇ ਮੈਂ ਡਾਇਰੈਕਟ ਨੇਲ 'ਤੇ ਅਪਲਾਈ ਕਰ ਲੂੰਗੀ। ਜੇ ਨਹੀਂ ਨੇਲ 'ਤੇ ਅਪਲਾਈ ਕਰਨਾ ਡਾਇਰੈਕਟ, ਤੁਸੀਂ ਉੱਤੇ ਨੇਲ ਫਾਲਸ ਨੇਲ 'ਤੇ ਵੀ ਡਾਇਰੈਕਟ ਅਪਲਾਈ ਕਰ ਸਕਦੇ ਹੋ। ਸੋ ਇਹਦੇ 'ਤੇ ਲਗਾ ਕੇ ਗਲੂ, ਉਸ ਤੋਂ ਬਾਅਦ ਨੇਲ ਨੂੰ ਲੈਣਾ ਅਤੇ ਬਸ ਪ੍ਰੈਸ ਕਰ ਦੇਣਾ ਅਤੇ ਉਹਨੂੰ ਉੱਪਰ ਤੋਂ ਪ੍ਰੈਸ਼ਰ ਦੇਣਾ ਥੋੜ੍ਹਾ ਦੱਬ ਕੇ ਫੋਰ 20 ਔਰ 30 ਸੈਕਿੰਡ ਆਈ ਗੈਸ।
ਓਕੇ, ਸੋ 1 2 3 4 5 6 7 8 9 10 11 12 13 14 15 16 17 18 19 20 ਓਕੇ ਓਕੇ, ਸੋ ਹੁਣ ਇਹ ਲੱਗ ਗਿਆ, ਯਾ ਦੈਟਸ ਇਟ। ਸੋ ਹੁਣ ਇੱਦਾਂ ਹੀ ਆਪਾਂ ਦੂਸਰੇ ਵੀ ਲਗਾ ਲੈਂਦੇ ਹਾਂ। ignore background music guys, okay so ithe hun vi apa same procedure same press which ਸੋ ਓਕੇ ਆ, ਨੇਲਸ ਲੱਗ ਕੇ ਰੈਡੀ ਆ, ਬਸ ਇੰਨਾ ਕੀ ਕੰਮ ਸੀ, ਕੁਛ ਵੀ ਨਹੀਂ ਹੁੰਦਾ ਇਹਨਾਂ ਨੂੰ, ਬਸ ਥੋੜ੍ਹੀ ਜਿਹੀ ਟੈਕਨੀਕ ਆ, ਬਸ ਹਲਕਾ ਜਿਹਾ ਯੂਜ਼ ਕਿਵੇਂ ਕਰਨਾ ਹੈ, ਪ੍ਰੋਡਕਟਸ ਨੂੰ ਕਿਵੇਂ ਯੂਜ਼ ਕਰਨਾ ਹੈ। ਆਈ ਨੋ ਇਹ ਥੋੜ੍ਹੇ ਲੈਂਥ 'ਚ ਲੌਂਗ ਨੇ, ਬਟ ਇਹ ਪ੍ਰੈਸੋ ਨੇਲਸ ਟਾਈਪ ਸੀਗੇ, ਸੋ ਇਸ ਕਰਕੇ ਇਹ ਬਣੇ ਬਣਾਏ ਆਉਂਦੇ ਆ। ਤੋ ਜੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਟ ਕੇ ਛੋਟੀ ਵੀ ਹਾਈ ਲੈਂਥ ਕਰ ਸਕਦੇ, ਬਟ ਇਹਦਾ ਡਿਜ਼ਾਇਨ ਐਵੇਂ ਦਾ ਬਣਿਆ ਹੋਇਆ, ਸੋ ਮੈਂ ਇਹਨੂੰ ਕੱਟ ਕੇ ਲੈਂਥ ਇਹਦੀ ਛੋਟੀ ਨਹੀਂ ਕਰੂੰਗੀ। ਸੋ ਅਤੇ ਇੱਕ ਗੱਲ ਹੋਰ, ਇਹ ਵਾਲਾ ਗਲੂ ਆਪਾਂ ਨੂੰ ਕਿਸੇ ਵੀ ਲੋਕਲ ਮਾਰਕੀਟ 'ਚੋਂ ਮਿਲ ਸਕਦਾ ਹੈ, ਸੋ ਇਸ ਗਲੂ ਦੇ ਨਾਲ ਤੁਹਾਡੇ ਜਿਹੜੇ ਨੇਲਸ ਆ, ਆਈ ਥਿੰਕ ਜੇ ਤੁਸੀਂ ਇਹਨਾਂ ਦੀ ਕੇਅਰ ਚੰਗੀ ਤਰ੍ਹਾਂ ਕਰੋਗੇ ਤਾਂ ਹਫ਼ਤਾ ਆਰਾਮ ਨਾਲ ਤੁਹਾਡੇ ਨੇਲਸ ਕਿਤੇ ਨਹੀਂ ਜਾਣਗੇ, ਟਿਕੇ ਰਹਿਣਗੇ ਐਜ਼ ਇਟ ਇਜ਼। ਸੋ ਯੈਸ, ਸੋ ਇੱਦਾਂ ਤੁਸੀਂ ਕੋਈ ਵੀ ਨੇਲਸ ਆਪਾਂ ਅਪਲਾਈ ਕਰ ਸਕਦੇ ਹਾਂ ਆਪਣੇ, ਜਿੱਦਾਂ ਕੋਈ ਵੀ ਵਾਈਟ ਟਿਪਸ ਵੀ ਆਉਂਦੀਆਂ ਆ, ਉਹ ਵੀ ਤੁਸੀਂ ਸੇਮ ਐਜ਼ ਇਟ ਇਜ਼ ਤੁਸੀਂ ਹਫ਼ਤੇ ਲਈ ਯੂਜ਼ ਕਰਨਾ ਚਾਹੁੰਦੇ ਹੋ, ਤਾਂ ਉਹਨੂੰ ਇੱਦਾਂ ਗਲੂ ਦੇ ਨਾਲ ਅਪਲਾਈ ਕਰਕੇ ਉਹਦੇ ਦੇ ਉੱਤੇ ਤੁਸੀਂ ਕੋਈ ਵੀ ਨੇਲ ਪੇਂਟ ਜਾਂ ਕੋਈ ਵੀ ਨੇਲ ਆਰਟ ਕਰਕੇ ਤੁਸੀਂ ਉਹਨੂੰ ਡਿਜ਼ਾਇਨ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ, ਅਗਰ ਤੁਹਾਡੇ ਇਹ ਹੈਲਪਫੁਲ ਹੋਈ ਆ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ, ਜੇ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ, ਅਤੇ ਅਗਲੇ ਵਲੋਗ ਦੇ ਵਿੱਚ ਮੈਂ ਕੁਝ ਨੇਲ ਆਰਟ ਜਾਂ ਕੁਝ ਪ੍ਰੈਸ ਔਨ ਨੇਲਸ ਦੇ ਹੋਰ ਰਿਵਿਊ ਕਰਕੇ ਦਿਖਾਉਂਗੀ। ਸੋ ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ ਬਾਏ।